पुलिस थाना फतेहगढ़ चूड़िया अंदर पेंदे पिंड खैरा कलां विखे उस वेल माहौल गमगीन हो गया जदों पिंड दे नौजवान जोबन सिंह दी न्यूजीलैंड विच मौत दी खबर पिंड पहुंची। उत्थे ही घर विच खुशियां दा माहौल सी ते धीरे विआह दीआं तैयारियां हो रहीआं सन। इस विचाले जद जवान पुत दी मौत दा सुनेहा विदेश तों आया तां घर विच मातम छा गया। उधर परिवार दा रो रो बुरा हाल है। उसे ही परिवार ने लाश भारत लियाउण लई NRI भरावां केंद्र ते पंजाब सरकार नूं अपील कीती है कि उन्हां दे बेटे दी न्यूजीलैंड तों लाश मंगवाउण लई उन्हां दी मदद कीती जावे। ब्यूरो रिपोर्ट आल पंजाब न्यूज़। ਮਤਲਬ ਜੀ ਤੁਹਾਡੇ ਨਾਲ ਬਹੁਤ ਜਿਹੜਾ ਸੁਖਦਾਈ ਭਾਣਾ ਵਾਪਰ ਗਿਆ। ਮੇਰਾ ਬਹੁਤ 2019 ਚ ਮੇਰਾ ਬਹੁਤ ਨਿਊਜ਼ੀਲੈਂਡ ਤੇ ਗਿਆ ਸੀ। ਹਾਏ ਮੈਂ ਕੀ ਕਰਾਂ। 2019 ਚ ਮੇਰਾ ਬੇਟਾ ਗਿਆ। 5 ਸਾਲ ਹੋ ਗਏ ਮੇਰੇ ਬੇਟੇ ਗਏ ਨੂੰ। ਲਾਸਟ ਕਾਲ ਆੜੇ 8 ਤਰੀਕ ਦੇ ਮੈਸੇਜ 'ਚ ਗੱਲ ਹੋਈ। ਕਹਿੰਦਾ ਮੰਮੀ ਮੇਰਾ ਫੋਨ ਖਰਾਬ ਹੋ ਰਿਹਾ, ਕੋਈ ਵੀ ਕਰ ਨਹੀਂ ਕਰਨਾ। ਮੈਂ ਫੋਨ ਠੀਕ ਕਰਕੇ ਫਿਰ ਮੈਂ ਤੁਹਾਡੇ ਨਾਲ ਗੱਲ ਕਰੂੰਗਾ। ਹਾਏ ਰੱਬਾ, ਮੈਂ ਘਰ ਧੀ ਦਾ ਵਿਆਹ ਦਿੱਤਾ 9 ਦਸੰਬਰ ਦਾ। ਮੇਰੀ ਇਹੋ ਸਰਕਾਰ ਅੱਗੇ ਬੇਨਤੀ ਆ, ਮੇਰਾ ਪੁੱਤ ਨੂੰ ਘਰ ਲਿਆ ਦੋ। ਮੈਂ ਇੰਨਾ ਅੱਗੇ ਅਰਦਾਸ ਕਰਦੀ, ਮੇਰਾ ਘਰ ਪੁੱਤ ਲਿਆ ਦੋ। ਮੈਂ ਆਪਣੇ ਪੁੱਤ ਨੂੰ ਸਗਣਾ ਸਾਰ ਤਾਣਾ ਤੋਰਾ, ਸੋਹਣੇ ਸੋਹਣੇ ਕੱਪੜੇ ਪਾ ਕੇ ਗੱਲਾਂ ਆਪਣੇ ਪੁੱਤ ਦਾ ਜਾਂਦੀ ਵਾਰ ਦਾ ਮੂੰਹ ਵੇਖਲਾ। ਮੈਂ ਗੁਰਮੀਤ ਸਿੰਘ, ਮੇਰਾ ਬੇਟਾ ਜੋਬਨ ਜੋ ਕਿ ਸਟੱਡੀ ਬੇਸ 'ਤੇ 2019 ਵਿੱਚ ਨਿਊਜ਼ੀਲੈਂਡ ਭੇਜਿਆ ਸੀ, ਔਰ ਉਹਦੀ ਗੱਲ ਮੇਰੀ ਆਖਰੀ 8 ਅਕਤੂਬਰ ਨੂੰ ਮੈਸੇਜ ਦੇ ਜ਼ਰੀਏ ਹੋਈ, ਜਿਹਦੇ ਵਿੱਚ ਉਹਨੇ ਇਹ ਕਿਹਾ ਵੀ ਮੈਂ ਠੀਕ ਠਾਕ ਆ ਔਰ ਮੇਰਾ ਮੋਬਾਇਲ ਖਰਾਬ ਹੋ ਗਿਆ ਵਾ ਔਰ ਮੈਂ ਰਿਪੇਅਰ ਕਰਕੇ ਆਪੇ ਤੁਹਾਡੇ ਨਾਲ ਗੱਲ ਕਰਾਂਗਾ। ਇਸ ਤੋਂ ਬਾਅਦ ਅਸੀਂ ਵੀ ਥੋੜ੍ਹਾ ਜਿਹਾ ਧਿਆਨ ਨਹੀਂ ਦਿੱਤਾ, ਜੋ ਕਿ ਫਿਰ ਮੈਨੂੰ 25 ਅਕਤੂਬਰ ਨੂੰ ਜੋ ਪਿੰਡ ਦਾ ਸਰਪੰਚ ਹੈ ਉਹਦੇ ਕੋਲੋਂ ਟੈਲੀਫੋਨ ਮੇਰੇ ਕੋਲ ਆਇਆ ਵੀ ਤੁਹਾਡੀ ਇੱਕ ਬੇਟੇ ਦੇ ਨਾਲ ਬਹੁਤ ਦੁੱਖ ਭਰੀ ਕਹਾਣੀ ਵਾਪਰ ਗਈ ਆ। ਉਸ ਤੋਂ ਬਾਅਦ ਫਿਰ ਮੈਂ ਉਹਨੂੰ ਮਿਲਿਆ ਅਤੇ ਉਹਨਾਂ ਕਿਹਾ ਵੀ ਆਹ ਗੱਲ ਹੋ ਗਈ ਆ, ਬੇਟਾ ਤੁਹਾਡਾ ਡੈਥ ਕਰ ਗਿਆ। ਅੱਛਾ, ਤੁਸੀਂ ਕੀ ਸਰਕਾਰ ਕਰੋ, ਕੀ ਮਦਦ ਕਰਨੀ ਚਾਹੁੰਦੇ ਜੀ? ਸਰਕਾਰ ਕਰੋ, ਮੈਂ ਇਹੀ ਮਦਦ ਕਰਨਾ ਵਾ ਜਾਂ ਸ਼ਾਸਨ ਕਰੋ ਵੀ ਮੇਰੇ ਬੇਟੇ ਦੀ ਜੋ ਡੈਥ ਹੋਈ ਆ ਉਹਨਾਂ ਦੀ ਡੈੱਡ ਬੋਡੀ ਜਲਦੀ ਤੋਂ ਜਲਦੀ ਲਿਆਉਣ ਵਿੱਚ ਪੰਜਾਬ ਸਾਡੀ ਸਹਾਇਤਾ ਕਰੇ ਔਰ ਜੋ ਕਿ ਉਹਦੇ ਰੀਤੀ ਰਿਵਾਜ ਅਨੁਸਾਰ ਉਹਨਾਂ ਦਾ ਸੰਸਕਾਰ ਕਰ ਸਕੀਏ। ਜੀ, ਮੇਰੇ ਬਹੁਤ ਹੀ ਨਜ਼ਦੀਕੀ ਰਿਸ਼ਤੇਦਾਰ ਸਰਦਾਰ ਗੁਰਮੀਤ ਸਿੰਘ ਜੀ, ਉਹਨਾਂ ਦਾ ਬੇਟਾ ਜੋਬਨ ਸਾਲ 2019 ਦੇ ਵਿੱਚ ਆਪਣੀ ਅਤੇ 7 ਤਰੀਕ ਨੂੰ ਉਹਦੇ ਮੇਰਾ ਬੇਟਾ ਕੈਨੇਡਾ ਦੇ ਵਿੱਚ ਰਹਿੰਦਾ, 7 ਤਰੀਕ ਨੂੰ ਉਹਦੇ ਨਾਲ ਉਹਦੀ ਗੱਲਬਾਤ ਹੋਈ ਆ, ਉਹ ਠੀਕ ਠਾਕ ਸੀ। 8 ਤਰੀਕ ਨੂੰ ਉਹਦੇ ਘਰ ਮਾਂ ਪਿਓ ਨਾਲ ਵੀ ਗੱਲ ਹੋਈ ਆ ਅਤੇ ਉਸ ਤੋਂ ਬਾਅਦ ਇਹਦੇ ਮਾਂ ਪਿਓ ਨੂੰ ਟਰਾਈ ਕਰਦੇ, ਉਸ ਤੋਂ ਬਾਅਦ ਉਹਦਾ ਫੋਨ ਨਹੀਂ ਲੱਗਾ। ਉਸ ਤੋਂ ਬਾਅਦ ਸਾਨੂੰ 25 ਤਰੀਕ ਨੂੰ ਸਾਨੂੰ ਪਿੰਡ ਦੇ ਸਰਪੰਚ ਹਕੂਮਤ ਰਾਏ ਨੇ ਦੱਸਿਆ ਵਾ ਵੀ ਜਿਹੜਾ ਤੁਹਾਡਾ ਮੇਰੇ ਕੋਲ ਇਸ ਤਰ੍ਹਾਂ ਪ੍ਰਸ਼ਾਸਨ ਵਾਲੇ ਆਏ ਆ ਅਤੇ ਉਹਨਾਂ ਨੇ ਜਿਹੜਾ ਦੱਸਿਆ ਵੀ ਤੁਹਾਡੇ ਬੇਟੇ ਜੋਬਨ ਦੀ ਜਿੱਥੇ ਉਹ ਰਹਿੰਦਾ ਸੀ ਉੱਥੇ ਨਿਊਜ਼ੀਲੈਂਡ ਦੇ ਵਿੱਚ ਉਹਦੀ ਜਿਹੜੀ ਆ ਵੀ ਘਰ ਦੇ ਵਿੱਚ ਹੀ ਉਹ ਮ੍ਰਿਤਕ ਹਾਲਤ ਦੇ ਵਿੱਚ ਪਾਇਆ ਗਿਆ ਵਾ ਅਤੇ ਇਹ ਸੁਣ ਕੇ ਸਾਨੂੰ ਬਹੁਤ ਦੁੱਖ ਹੋਇਆ ਅਤੇ ਅਸੀਂ ਆਪਣੇ ਆਪਣੇ ਤੌਰ 'ਤੇ ਵੀ ਪੈਰਵਾਈ ਕਰਦੇ ਹਾਂ ਅਤੇ ਮੁੜ ਕੇ ਬਾਅਦ ਉਹਦੇ ਵਿੱਚ ਬਾਅਦ ਜਿਹੜਾ ਵੀ ਅਸੀਂ ਹੁਣ ਪ੍ਰਸ਼ਾਸਨ ਨੂੰ ਅਤੇ ਦੋਵਾਂ ਕਿਸੇ ਦੇਸ਼ਾਂ ਦੀ ਸਰਕਾਰਾਂ ਨੂੰ ਅਪੀਲ ਕਰਦੇ ਹਾਂ ਕਿ ਸਾਡੇ ਜਿਹੜੇ ਬੇਟੇ ਦੀ ਜਿਹੜੀ ਡੈੱਡ ਬੋਡੀ ਜਲਦੀ ਜਲਦੀ ਭੇਜਣ 'ਚ ਸਾਡੀ ਮਦਦ ਕੀਤੀ ਜਾਵੇ ਤਾਂ ਜੋ ਅਸੀਂ ਉਹਦਾ ਜੋ ਆਪਣੇ ਰੀਤੀ ਰਿਵਾਜ਼ਾਂ ਦੇ ਨਾਲ ਉਹਦਾ ਅਸੀਂ ਸੰਸਕਾਰ ਕਰ ਸਕੀਏ। ਦੱਸਦੇ ਤਾਂ ਵਿਆਹ ਵੀ ਤਰੇ? ਹਾਂਜੀ, ਹਾਂਜੀ, ਉਹਦੇ ਜੋਬਨ ਦੀ ਭੈਣ ਦਾ ਜਿਹੜਾ 9 ਦਸੰਬਰ ਨੂੰ ਘਰ ਦੇ ਵਿੱਚ ਵਿਆਹ ਰੱਖਿਆ ਸੀ, ਅਸੀਂ ਤਾਂ ਆਪਣੇ ਵਿਆਹ ਦੀਆਂ ਤਿਆਰੀਆਂ ਦੇ ਵਿੱਚ ਰੁੱਝੇ ਸੀ। ਉਹਨੇ ਜੋਬਨ ਨੇ ਵੀ ਵਿਆਹ ਦੇ ਵਿੱਚ ਸ਼ਾਮਿਲ ਹੋਣ ਵਾਸਤੇ ਆਉਣਾ ਸੀ, ਜਿਹੜੇ ਅਚਾਨਕ ਉਹਦੇ ਨਾਲ ਜਿਹੜਾ ਭਾਣਾ ਵਰਤ ਗਿਆ ਵਾ, ਸਾਨੂੰ ਇਹਦੇ ਬਾਰੇ ਤੱਕ ਕੋਈ ਪਤਾ ਨਹੀਂ ਲੱਗਾ ਵੀ ਉੱਥੇ ਕੀ ਗੱਲਬਾਤ ਹੈ ਜੀ ਕੀ ਨਹੀਂ, ਤਾਂ ਅਸੀਂ ਦੋਵਾਂ ਸਰਕਾਰਾਂ ਨੂੰ ਅਪੀਲ ਕਰਦੇ ਹਾਂ ਵੀ ਉਹਦੀ ਜਿਹੜੀ ਆ ਮੌਤ ਦੀ ਉੱਥੇ ਜਾਂਚ ਕਰਵਾਈ ਜਾਵੇ ਅਤੇ ਸਾਨੂੰ ਇਨਸਾਫ ਦਿੱਤਾ ਜਾਵੇ।
सरपंच हुकूमत राय पिंड खैरा। मैं परसों किसी समागम च बैठा सी, साढ़े कु चार बजे का टाइम, तो मैनू थाने तो मुंशी का फोन आया कि तुहाडे पिंड दा जोवन सिंह पुत्र गुरमीत सिंह कोई न्यूजीलैंड रह रहा तो उसकी डैथ हो गई है। तो मैनू पता नहीं भी जोवन सिंह कौन है। गुरमीत सिंह बारे मैं जानता सी, गुरमीत सिंह की भी रहा सी जिहड़ी इस टाइम अमृतसर ही। तो फिर मैं उस तो बाद चाचे को फोन किया, उसका नंबर मेरे को हैगा सी। मैं भी ताडा कोई पति यार न्यूजीलैंड का हैगा आ, मैं भी जोबन वह नाम का भी जोबन ही आ। तो मैं भी वो फिर डैथ हो गई है। तो असी तो हम प्रशासन में तो बाकी पिंड वो वसनीक होंगे नाके लोगों गाड़ी भी अपील करते हैं, जो नागरिकों भी अपील करते पंजाबियों भी मदद करके तो डेड बॉडी लेंदी जाए।